ਜਸ ਪੰਜਾਬੀ ਨੂੰ ਪਿਆਰ ਕਰਨ ਵਾਲੇ ਅਤੇ ਕੈਲੀਫੋਰਨੀਆ ਡਾਇਰੀ ਦੇਖਣ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਚੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਜ਼ਰ ਹਾਂ ਜੀ ਲੈ ਕੇ ਕੈਲੀਫੋਰਨੀਆ ਡਾਇਰੀ। ਅਕਤੂਬਰ 2018 ਦੇ ਵਿੱਚ ਸਨ ਫਰਾਂਸਿਸਕੋ ਏਅਰਪੋਰਟ ਤੋਂ ਕੁਛ 16-17 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਹਾਜ਼ ਰਾਹੀਂ ਇੰਡੀਆ ਲਿਜਾਣ ਦਾ ਇੱਕ ਮੁੱਦਾ ਸਾਹਮਣੇ ਆਇਆ ਸੀ ਔਰ ਉਹ ਅੱਜ ਕੱਲ੍ਹ ਕਾਫੀ ਗਰਮਾਇਆ ਹੋਇਆ। ਉਸੇ ਮੁੱਦੇ ਦੇ ਸੰਬੰਧ ਦੇ ਵਿੱਚ, ਉਸੇ ਬੇਅਦਬੀ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਦੇ ਵਿੱਚ ਇੱਕ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ। ਉਸ ਕਾਨਫਰੰਸ ਦੇ ਵਿੱਚ ਪੂਰੇ ਕੈਲੀਫੋਰਨੀਆ ਤੋਂ ਜਿੱਥੇ ਗੁਰੂ ਘਰਾਂ ਤੋਂ ਨੁਮਾਇੰਦੇ ਆਏ, ਉੱਥੇ ਹੀ ਜਸਪਾਲ ਸਿੰਘ ਨਿੱਜਰ ਜੋ ਕਿ ਇਸ ਮੁੱਦੇ ਨੂੰ ਸਾਹਮਣੇ ਲੈ ਕੇ ਆਇਆ ਸੀ, ਉਹਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਆਓ ਤੁਹਾਨੂੰ ਲੈ ਚੱਲਦੇ ਹਾਂ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ। ਜਿਵੇਂ ਕਿ ਸਾਰੇ ਪੰਜਾਬੀਆਂ ਨੂੰ ਪਤਾ, ਪਿਛਲੇ ਦਿਨਾਂ ਤੋਂ ਇੱਕ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ। ਵੈਸੇ ਤਾਂ ਸਮੇਂ ਸਮੇਂ 'ਤੇ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਵੀ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ, ਪਰ ਇਸ ਮਾਮਲੇ ਦੀ ਜਿਹੜੀ ਅਸੀਂ ਹੁਣ ਗੱਲ ਕਰਨ ਲੱਗੇ ਹਾਂ ਇਹ ਲਗਭਗ ਅਕਤੂਬਰ 2018 ਦੀ ਗੱਲ ਹੈ, ਜਦੋਂ ਸਨ ਫਰਾਂਸਿਸਕੋ ਏਅਰਪੋਰਟ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਸਰੂਪ ਭਾਰਤ ਵਾਸਤੇ ਗਏ ਸੀਗੇ। ਅਤੇ ਉੱਥੇ ਫਿਰ ਸਾਡੇ ਇੱਕ ਪੰਜਾਬੀ ਜੋ ਕਿ ਮੋਡੈਸਟੋ ਕੈਲੀਫੋਰਨੀਆ ਦੇ ਵਿੱਚ ਫਸਦੇ, ਜਸਪਾਲ ਸਿੰਘ ਨਿੱਜਰ, ਉਹ ਵੀ ਉਸ ਸਮੇਂ ਏਅਰਪੋਰਟ 'ਤੇ ਮੌਜੂਦ ਸੀ। ਉਹਨਾਂ ਨੇ ਉਸ ਚੀਜ਼ ਦੀ ਪੈਰਵਾਈ ਕੀਤੀ, ਕਾਫੀ ਚਰਚਾ ਦੇ ਵਿੱਚ ਹੈਗੀ ਗੱਲਬਾਤ ਸਾਰੀ ਇਹ ਤੁਹਾਨੂੰ ਪਤਾ ਹੀ ਹੈ। ਪੈਰਵਾਈ ਕੀਤੀ ਔਰ ਪੈਰਵਾਈ ਕਰਨ ਤੋਂ ਬਾਅਦ ਜਿਹੜੀ ਚੀਜ਼ ਸਾਹਮਣੇ ਆਈ ਉਹ ਵੀ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਦੇ ਸਾਹਮਣੇ ਉਹਨਾਂ ਨੇ ਪੇਸ਼ ਕੀਤੀ ਹੈ। ਅੱਜ ਸਾਡੇ ਨਾਲ ਜੁੜੇ ਨੇ ਜਸਪਾਲ ਸਿੰਘ ਨਿੱਜਰ, ਇਹਨਾਂ ਕੋਲੋਂ ਜਾਣਦੇ ਹਾਂ। ਜਸਪਾਲ ਜੀ, ਤੁਹਾਡਾ ਸਵਾਗਤ ਜਸ ਪੰਜਾਬੀ 'ਤੇ। ਸਤਿ ਸ਼੍ਰੀ ਅਕਾਲ ਭਾਅ ਜੀ, ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਮਸਲੇ ਨੂੰ ਉਠਾਇਆ, ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਜੀ ਪਹਿਲਾਂ ਬਾਕੀ ਸਾਰਾ ਕੁਛ ਸਾਰੇ ਦਰਸ਼ਕਾਂ ਨੂੰ ਪਤਾ, ਤਕਰੀਬਨ ਯੂਟਿਊਬ 'ਤੇ ਹਰ ਚੈਨਲ ਸਾਡੇ ਚੈਨਲ ਦੇ ਜ਼ਰੀਏ ਜਾਂ ਹੋਰ ਚੈਨਲ ਦੇ ਜ਼ਰੀਏ ਪਤਾ ਲੱਗ ਚੁੱਕੀ ਗੱਲ, ਪਰ ਜਿਹੜੀ ਸਵਾਲ ਇਹ ਹੈ ਜ਼ਿਹਨ ਦੇ ਵਿੱਚ ਆਉਂਦਾ ਵੀ ਲਗਭਗ ਇੱਕ ਸਾਲ ਵਿੱਚ ਵਕਫਾ ਪੈ ਗਿਆ, ਉਹਦਾ ਕੀ ਕਾਰਨ ਸੀ? ਜੱਗੀ ਭਾਅ ਜੀ, ਇਹ ਨਹੀਂ ਆਪਾਂ ਕਹਿ ਸਕਦੇ ਵਕਫਾ ਪੈ ਗਿਆ, ਕਿਉਂਕਿ ਜੋ ਵੀ ਦੇਖਿਆ ਗਿਆ ਸੀ, ਅਗਰ ਤੁਸੀਂ ਆਪਣੀ ਕੌਮ ਦੇ ਸਾਹਮਣੇ, ਆਪਣੇ ਸਰਮੌਰ ਜਥੇਬੰਦੀਆਂ ਸਾਹਮਣੇ, ਸਰਵਉੱਚ ਅਕਾਲ ਤਖ਼ਤ ਸਾਹਮਣੇ ਅਤੇ ਹੋਰ ਆਪਣੀ ਸ਼੍ਰੋਮਣੀ ਕਮੇਟੀ ਦਾ ਹੋਰ ਸੰਸਥਾਵਾਂ ਦੇ ਸਾਹਮਣੇ ਕੋਈ ਗੱਲ ਰੱਖਣੀ ਸੀ, ਉਹਦੇ ਲਈ ਸਬੂਤ ਜ਼ਰੂਰੀ ਸੀਗੇ, ਠੀਕ ਆ ਜੀ? ਈਵਨ ਕਿਸੇ ਚੈਨਲ ਨੇ ਵੀ ਖਬਰ ਨਸ਼ਰ ਕਰਨੀ ਸੀ, ਉਹਦੇ ਲਈ ਸਬੂਤ ਜ਼ਰੂਰੀ ਸੀ। ਜਿੰਨੇ ਕੁ ਸਬੂਤ ਮੇਰੇ ਇੱਥੋਂ ਇਕੱਠੇ ਹੋਏ ਉਹ ਤਾਂ ਮੈਂ ਕੀਤੇ ਜੀ, ਉਹ ਤੋਂ ਅੱਗੇ ਜਿਹੜੇ ਸੀਗੇ ਜੀ ਆਪਣੇ ਦੀ ਕਾਰਵਾਈ, ਉਹ ਭਾਅ ਜੀ ਤੁਹਾਨੂੰ ਪਤਾ ਕਿ ਇਹ ਮੈਂ ਇੱਥੇ ਦੇ ਆਪਣੇ ਜਿਹੜੇ ਬੇਰੀਏ ਦੇ ਸਮੂਹ ਆਪਣੇ ਸਿੰਘ ਸੀਗੇ ਉਹਨਾਂ ਦੀ ਨੋਟਿਸ ਦੇ ਵਿੱਚ ਗੱਲ ਲਿਆਤੀ ਸੀ। ਜੇ ਮੈਂ ਇਸ ਗੱਲ ਦੀ ਨਾ, ਮੈਂ ਤੁਹਾਨੂੰ ਵੀ ਅੱਜ ਤੋਂ 5-6 ਮਹੀਨੇ ਪਹਿਲਾਂ ਇਹ ਮੈਂ ਦਿਖਾਲਿਆ ਸੀ ਕਿ ਜੱਗੀ ਭਾਅ ਜੀ ਆਹ ਕੁਛ ਹੋ ਰਿਹਾ, ਠੀਕ ਹੈ ਜੀ? ਅਤੇ ਉਹ ਇਹ ਭਾਅ ਜੀ ਆਪਾਂ ਸਾਲ ਦਾ ਵਿੱਚ ਵੱਖ ਵੱਖ ਇਸ ਕਰਕੇ ਪਿਆ ਕਿਉਂਕਿ ਅਸੀਂ ਇਹਦੇ 'ਤੇ ਜਿੰਨੀ ਵੱਧ ਤੋਂ ਵੱਧ ਸਬੂਤ ਇਕੱਠੇ ਕਰ ਸਕਦੇ ਸੀ ਉਹ ਭਾਅ ਜੀ ਇਕੱਠੇ ਕੀਤੇ ਜੀ। ਅਗਲਾ ਸਵਾਲ ਇਹ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਏ ਸੀ ਉਹ ਇੱਥੋਂ ਕਿਹਨਾਂ ਕਿਹਨਾਂ ਗੁਰਦੁਆਰਿਆਂ 'ਚੋਂ ਗਏ ਸੀ, ਕੀ ਇਸ ਗੱਲ ਦਾ ਪਤਾ ਲੱਗਾ ਕਿ ਨਹੀਂ? ਭਾਅ ਜੀ ਸਾਰਾ ਹੀ ਕੁਛ ਸਾਹਮਣੇ ਆ ਚੁੱਕਾ ਜੀ, ਅਤੇ ਇਹਦੇ ਬਾਰੇ ਜਿਹੜੀ ਅੱਜ ਆਪਾਂ ਇੱਥੇ ਕਾਨਫਰੰਸ ਰੱਖੀ ਆ ਉਹਦੇ ਵਿੱਚ ਸਾਰੀ ਜਾਣਕਾਰੀ ਵੀ ਦਿੱਤੀ ਜਾਊਗੀ। ਅਤੇ ਸਰੂਪ ਜਿਹੜੇ 15-17 ਸਰੂਪ ਜਿਹੜੇ ਮੈਂ ਵਿਖੇ ਸੀ ਜੀ, ਉਹ ਵੀ ਸੀ ਉਹਨਾਂ ਦੇ ਕਹਿਣ ਦੇ ਅਨੁਸਾਰ, ਜਿਹੜਾ ਏਅਰ ਹੋਸਟ ਵਗੈਰਾ ਦੱਸਿਆ, ਏਅਰ ਹੋਸਟ ਜਿਹੜੀ ਸੀਗੀ ਉਹਨੇ ਜਦੋਂ ਮੇਰੇ ਨਾਲ ਗੱਲ ਕੀ, ਪਹਿਲਾਂ ਵੀ ਜਾਂਦੇ ਰਹੇ ਆ। ਇਹ 2000 ਭਾਵੇਂ 8 ਦੀ ਗੱਲ ਹੈ, ਭਾਵੇਂ ਸਿੱਖਾਂ ਦੇ ਜੋ ਸਿਆਸੀ ਜੋ ਪੋਲੀਟੀਕਲ ਹਾਲਾਤ, ਨਾ ਬੰਦਾ ਸਿੰਘ ਬਹਾਦਰ ਦੇ ਟਾਈਮ ਵਰਗੇ, ਨਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵਰਗੇ, ਪਰ ਫਿਰ ਵੀ ਕੁਝ ਸਾਡੇ ਰਾਜ ਦੀ ਝਲਕੀ, ਕੁਝ ਸਾਡੀ ਉਹ ਗੁਰੂਆਂ ਦੀ ਬਖਸ਼ਿਸ਼ ਉਸ ਧਰਤੀ 'ਤੇ ਜੋ ਗੁਰੂਆਂ ਦਾ ਇਤਿਹਾਸ ਵਾਪਰਿਆ ਹੈ, ਇਹ ਜੋ ਪੰਜਾਬ ਗਵਰਨਮੈਂਟ ਦਾ ਐਕਟ ਹੈ, ਦੀ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, ਜਿਹਦੇ ਬਾਰੇ ਵਿਸਥਾਰ ਦੇ ਨਾਲ ਡਾਕਟਰ ਅਮਰੀਕ ਸਿੰਘ ਜੀ ਬਾਅਦ 'ਚ ਤੁਹਾਡੇ ਨਾਲ ਗੱਲ ਸਾਂਝੀ ਕਰਨਗੇ। ਇਹ ਜੋ ਹੈਡਿੰਗ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਸਾਡੇ ਸਿੱਖ ਜਗਤ ਦੀ, ਸਿੱਖ ਕੌਮ ਦੀ, ਸਾਡੀ ਰੂਹ, ਸਾਡੀ ਖੁਰਾਕ, ਸਾਡੀ ਆਨ, ਸਾਡੀ ਸ਼ਾਨ। ਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਥੋੜ੍ਹਾ ਬਹੁਤਾ ਵੀ ਕਿਸੇ ਤਰ੍ਹਾਂ ਦਾ ਵੀ ਦੁਨਿਆਵੀ ਪਰਛਾਵਾਂ ਆਉਂਦਾ ਹੈ, ਰਿਪ੍ਰਜੈਂਟੇਟਿਵ ਸੰਸਥਾਵਾਂ ਦੇ ਰਿਪ੍ਰਜੈਂਟੇਟਿਵ ਅੱਜ ਇੱਥੇ ਪਹੁੰਚੇ ਹਨ ਅਤੇ ਬੜੇ ਕੁਝ ਅਹਿਮ ਅਸੀਂ ਵਿਚਾਰ ਕਰਨੇ ਹਨ। ਸੋ ਉਸ ਬਿਨਾਂ 'ਚ ਮੈਂ ਕਹੂੰਗਾ ਕਿ
सिर्फ गल इतों कदों कली स्टेज तो नहीं होनी चाहिए, आप सारे इतने बड़े कट्ठी एक सलाह करनी इकट्ठे हुए हैं। सो हर किसी को मैं कहूँगा भी आप अपना विचार जरूर दियो, जेकर इतों कोई गल कही जा रही है जी जिन्हें तुम सहमत नहीं तो इस वे टाइम है अपने लिए कि खड़े हो गए कही है भी आप आ क्यों नहीं सोचते या तुम आ कि कह सकते हैं। आ जी इन्होंने आप लाई है स्लाइड उत्ते 2001 की आ, तो उस वे जो मैं दसिया गया गुरु ग्रंथ साहब श्री गुरु गोबिंद सिंह जी का जो गुरपुरब आ रहा तो आर एस एस के लोग जोड़े थे वह थाए थाए इंडिया के कंट्रोल लै रहे थे और यानी कि उस टाइम नू वरत के ते अपने हिंदुत्ववादी गल्लां चलाउण च कोशिश कर रहे थे। जिमें कि हुण एक्ट बने हुए ने, कौन छाप सकता है, कौन इहदा अग्निपेट कर सकता है। सो ये जिहड़े साडे मिशन ने सारे पॉइंट, दूजा बहुत वड्डी जिमें हुण ट्रांसपोर्टेशन की गल हैगी है। सो ये है भी ट्रांसपोर्टेशन यही एरोप्लेन के राही नहीं किया जा सकता। मनुखी हकों की आवाज़ न चुकते रहना, उस मुद्दे नू हमेशा अलाइव रखना साढ़े हिस्से ये चीज़ आई सी। पर मैं समझती हाँ कि गुरु ग्रंथ साहब के उत्ते जिहड़ा सीधा तो असिधा हमला जिहड़ा हो रहा है वह साडा बेसिक ह्यूमन राइट आ। UN का चार्टर भी सानू साढ़े इष्ट नू साढ़े गुरु नू साढ़े धर्म नू मनण दा जिहड़ा है ये मुढ़ला अधिकार दिंदा है। मैं इस सब दे विच मैं सिर्फ इन्नी संगत नू जिहड़ी है वह कह लो वचन दिनी हाँ या प्रोमिस करदी हाँ कि मैं सिर्फ एक फैसिलिटेटर का रोल जिहड़ा कौम दे विच जे किते पुल बन सकीए असीं जो साढ़े विच वखरेवें होणगे, कोई अपने आप नू ज़्यादा सिख समझदा है, कोई किसी नू छोटा सिख समझदा है, साढ़े आपस दे वखरेवें परिवारां च भी हुंदे है। कई बार मैनू भी कई लोग कह देंदे है कि ये अड अड धिरां ने है ना, पर मैनू लगता है कि फिर भी ये मेरे परिवार का हिस्सा ने। असीं इत्थे बैठे हाँ, इत्थे सानू किसी का कोई प्रैशर नहीं, दबाव नहीं किसी का, असी इंडिपेंडेंट सोच रखते हैं। मैं तो तुहानू सारयां नू यही बेनती करनी सी कि जिन्ने भी गुरु घर आ संस्थावां आ होर ही मेरे वीर जिहड़े अपने कम्मां दे विच एक्टिव हैगे इस काम च, अपनियां ईमेल्स सानू भेजो, असी टाइम टू टाइम उन्हां कॉन्टैक्ट करके, क्यों साढ़े कोल आम तौर पर श्रोमणी कमेटी के प्रबंधक आउंदे रहिंदे साढ़े, उन्हां नाल काफ़ी विचार हुंदी रहिंदी आ और वह साडा साथ देण नू तैयार हैगे आ। पर सानू लोड़ तुहाडी हैगी आ इनपुट की, सलाह की, सानू तुसीं वधिया विचार दिओ और साढ़े नाल ला के चलो। ये असी कोई शुरू ये नहीं कि तुहाडे ते कोई कमेटी बना के थोपती असी जी आ करना ते तुसीं साडा साथ, तुसीं जिहड़ा काम तुसीं करना सपोर्ट तुहाडी आ। इहदे विच सानू पैसे की कोई लोड़ नहीं, साढ़े को पैसे बहुत हैगे। सैक्रामेंटो वैली चार्टर स्कूल जे गल चली है तो मैं होर जिक्र करता जावां, अमेरिका का पहला स्कूल है अपने आप दे विच जिथे कि पंजाबी का सबजैक्ट बाकी सबजैक्टां दे वांगू पढ़ाया जाता। बाकी असी गुरु घरां दे विच पंजाबी दीआं क्लासां लगदियां ने, पंजाबी बच्चे पढ़ते हैं, पर इस स्कूल की खासियत यह आ इन्हां दे प्रबंधकां दी बड़ी लंबी घाड़ना तो पिछों उन्हां नूं ये परमिशन मिली सी कि इस स्कूल दे विच पंजाबी दा सबजैक्ट बकायदा पढ़ाया जा सकता। और वधिया गल जिहड़ी ये है कि इत्थे सिर्फ अपने पंजाबियों के बच्चे ही पंजाबी नहीं पढ़ते, सगो होर कम्यूनिटीज़ के बच्चे, होर मुल्कां दे बच्चे जिहड़े वह भी इत्थे बकायदा बाकी सबजैक्टां दे नाल पंजाबी पढ़ते हैं। गल करिए सवेरे सवेरे बच्चे बकायदा बसां दे विच आउंदे ने, बसां दे विच आ के फिर वो असैंबली जुड़ती है, असैंबली जुड़न तो बाद आपो अपनी क्लासां दे विच जुड़ते हैं। तो नाल दी नाल एक गल होर जिहड़ी बड़ी वधिया इस स्कूल की मैनूं लगी कि इत्थे बच्चों के लीडरशिप की भावना पैदा करने वास्ते एक बकायदा प्रोग्राम कराया गया जिदे विच बच्चों ने अपनी यूनियन जिहड़ी है उहदे विच इह दस्सिया कि अगर तुसीं मैनूं प्रधान बनाओगे तो मैं यह काम करांगा, जां मैनूं खजानची बनाओगे, वाइस प्रैजीडेंट बनाओगे, मैं यह करांगी, जिदे विच छोटे बच्चे बच्चियां ने हिस्सा लिया जो कि मैनूं बहुत वधिया लग्या। आओ तुहानूं भी लै चलदे हां इस हो रही कॉन्फ्रेंस दे विच। We'll do worksheets. Just kidding. You'll be giving me detailed answers, okay? If I'm in the treasurer position, the first thing I'll do
schoolers have more base sales. The sales will increase the budget of the school, we'll get more equipment, we'll have more resources for things like electives and PE and new lunch options. Also, who doesn't like sweets? No one, right? Good morning, good afternoon, scholars, teachers, and parents. My name is Jasmine Bajwa, and I'm running for vice president. You're probably fed up with the speeches, so I'm gonna make this quick. Should Jasmine really be the vice president for the student council? I want every student in this school to have someone that they could come to and offer ideas. When you do a fundraiser, do you want it to go to that place, finger place that you are making money for? I mean, teachers, the staff, and Dr. Singh are great, but we worked for the money, so we should choose where it goes. Raise your hand if you want Spirit Week. My name is Karanjot Singh, and I'm running for student council vice president. I believe that you should vote for me, and here are some reasons why. The first reason is that I've been at SBCS since kindergarten. This school has grown so much in so many different ways, but there is always room for more improvement. That brings me to my next reason. As student council vice president, I want to improve our school by doing fundraisers and raising money for supplies. The third and final reason why I think you should vote for me is I will, to the best of my ability, take everyone's ideas into account and introduce them to the president and to the rest of student council. That's it for my speech. Thank you all for your time and hopefully for your votes too. Number four, thank you so much for student council vice president. ਬਿਲਕੁਲ ਜਿੱਦਾਂ ਪ੍ਰਾਈਵੇਟ ਸਕੂਲ ਚੱਲਦੇ ਇੱਥੇ ਜੀ, ਸਕੂਲਾਂ ਦੇ ਵਿੱਚ ਆਪਣੇ ਪਬਲਿਕ ਸਕੂਲ ਚੱਲਦੇ ਆ, ਉਹਨਾਂ ਵਾਂਗੂ ਇਹ ਸਕੂਲ ਆ। ਇਸ ਨਾਟ ਕਿ ਸਕੂਲ ਸਿਰਫ ਸਾਡੀ ਪੰਜਾਬੀ ਕਮਿਊਨਿਟੀ ਲਈ ਆ ਜੀ। ਕੋਈ ਵੀ ਇੱਥੇ ਬੱਚਾ ਕਿਸੇ ਵੀ ਕਮਿਊਨਿਟੀ ਦਾ, ਜਿੱਦਾਂ ਪਬਲਿਕ ਸਕੂਲ ਵਿੱਚ ਆਮ ਲੋਕ ਜਾ ਕੇ ਐਡਮਿਸ਼ਨ ਲੈਂਦੇ, ਬੱਚੇ ਐਡਮਿਸ਼ਨ ਲੈਂਦੇ ਆ, ਇਸੇ ਤਰ੍ਹਾਂ ਸਾਡੇ ਸਕੂਲ ਵਿੱਚ ਆ ਸਕਦੇ ਆ। ਪਰ ਪਬਲਿਕ ਸਕੂਲ ਦਾ ਤਾਂ ਇਸ ਸਕੂਲ ਦਾ ਫਰਕ ਇਹ ਹੈ ਵੀ ਉੱਥੇ ਪੰਜਾਬੀ ਦੀ ਕਲਾਸ ਨਹੀਂ ਹੈ, ਇੱਥੇ ਪੰਜਾਬੀ ਦਾ ਸਬਜੈਕਟ ਬਕਾਇਦਾ ਸਾਰੇ ਬੱਚਿਆਂ ਵਾਸਤੇ ਹੈਗਾ। ਬਿਲਕੁਲ, ਇਹ ਐਬਸੋਲੂਟਲੀ ਟਰੂ। ਇਹਦੇ ਵਿੱਚ ਪੰਜਾਬੀ ਹਰ ਇੱਕ ਬੱਚੇ ਨੂੰ ਕੰਪਲਸਰੀ ਪੜ੍ਹਨੀ ਪੈਂਦੀ ਆ, ਜਿਹੜਾ ਕਿ ਬੱਚੇ ਬੜੇ ਮਾਣ ਨਾਲ ਪੜ੍ਹਦੇ ਆ। ਅਤੇ ਅਸੀਂ ਇਹ ਵੀ ਕਹਿ ਸਕਦੇ ਹਾਂ, ਬੱਚੇ ਜਦੋਂ ਨਵੇਂ ਆਉਂਦੇ ਆ, ਵਿਦ ਇਨ ਤਕਰੀਬਨ ਆਲਮੋਸਟ 3-4 ਹਫ਼ਤੇ ਦੇ ਵਿੱਚ ਉਹ ਬੜੀ ਸੋਹਣੀ ਵਧੀਆ ਪੰਜਾਬੀ ਬੋਲਣੀ ਸਿੱਖ ਜਾਂਦੇ ਆ। ਬਾਕੀ ਐਜ਼ ਫਾਰ ਐਜ਼ ਜਿਹੜਾ ਸਾਡਾ ਐਜੂਕੇਸ਼ਨ ਆ ਇਸ ਵੇਲੇ ਸਕੂਲ ਦੀ, ਉਹ ਤਾਂ ਤੁਸੀਂ ਕਹਿ ਲਓ ਵੀ ਆਮ ਲੋਕਲ ਸਾਡੇ ਜਿਹੜੇ ਵਾਸ਼ਿੰਗਟਨ ਸਕੂਲ ਡਿਸਟ੍ਰਿਕਟ ਹੈ ਇੱਥੇ ਵੈਸਟ ਸੈਕਰਾਮੈਂਟੋ ਦਾ, ਉਹਨੂੰ ਐਬਸੋਲੂਟਲੀ ਸਾਰੇ ਸਕੂਲਾਂ ਨੂੰ ਬੀਟ ਕਰ ਰਿਹਾ ਹੈ। ਇਹ ਵੀ ਜਿੱਦਾਂ ਸਕੂਲ ਜਿਹੜਾ ਇਹੋ ਖੁੱਲ੍ਹਿਆ ਦਾ ਕਾਮਯਾਬ ਹੋਇਆ, ਇਹੋ ਇਸ ਗੁਰੂ ਘਰ ਦਾ ਬਹੁਤ ਜ਼ਿਆਦਾ ਸਪੋਰਟ ਸਾਨੂੰ ਮਿਲੀ ਆ। ਅਤੇ ਜਿੱਦਾਂ ਹੁਣ ਸਾਰੇ ਦੇਖੋ ਸਪੇਸ ਨਵੇਂ, ਜਿੱਦਾਂ ਕਲਾਸਿਸ ਵਗੈਰਾ, ਇਹੋ ਉਹਦੇ ਇੰਚਾਰਜ ਸੁਰਜੀਤ ਸਿੰਘ ਢਿੱਲੋਂ ਸਾਹਿਬ ਹੈਗੇ। ਅਤੇ ਉਹ ਹਿਸਾਬ ਨਾਲ, ਸਪੇਸ ਦੇ ਹਿਸਾਬ ਨਾਲ ਇਸ ਵੇਲੇ ਸਾਡੇ ਕੋਲ ਜਿੱਦਾਂ ਅਸੀਂ ਮਤਲਬ 300 ਤਾਈਂ ਅਸੀਂ ਪਹੁੰਚ ਸਕਦੇ ਹਾਂ ਬੱਚੇ। ਅਤੇ ਉਹ ਤੋਂ ਬਾਅਦ ਦੇਖੋ ਜੇ ਜਿੱਦਾਂ ਹੋਰ ਆਪਣੇ ਲੋਕਲ ਕਮਿਊਨਿਟੀ ਚਾਹੂਗੀ, ਜੇ ਕੋਈ ਮਤਲਬ ਕੋਈ ਹੀਲਾ ਵਸੀਲਾ ਬਣਿਆ ਤਾਂ ਸ਼ਾਇਦ ਕੋਈ ਚਾਂਸਿਸ ਹੋਵੇ ਹਾਈ ਸਕੂਲ ਤਾਈਂ ਵੀ ਹੋਵੇ, ਫਿਰ ਸਾਨੂੰ ਫਿਰ ਬਾਅਦ ਦੇਖਣੀ ਪਊਗੀ ਪ੍ਰੋਬਲਮ। ਇਹ ਸਹੀ ਗੱਲ ਹੈ ਕਿ ਜੇ ਇਸ ਤਰ੍ਹਾਂ ਦੇ ਹੋਰ ਸਕੂਲ ਖੁੱਲ੍ਹ ਜਾਣ, ਅਤੇ ਜਿਹੜੀ ਪੰਜਾਬੀ ਭਾਸ਼ਾ ਹੈਗੀ ਹੈ, ਪੰਜਾਬੀ ਬੋਲੀ ਹੈ, ਇਹ ਜਿਵੇਂ ਕਿ ਦੁਨੀਆ ਦੀ ਸਭ ਤੋਂ 10ਵੀਂ ਅਤੇ 11ਵੀਂ ਜ਼ਿਆਦਾ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਬੋਲੀ ਹੈਗੀ ਹੈ, ਅਤੇ ਇਸੇ ਤਰ੍ਹਾਂ ਇਸ ਦਾ ਰੈਂਕ ਫਿਰ ਹੋਰ ਵੀ ਉੱਤੇ ਆ ਸਕਦਾ ਇਸ ਗੱਲ ਦੇ। ਅਤੇ ਇਸ ਤਰ੍ਹਾਂ ਦੇ ਉਪਰਾਲੇ ਮੇਰਾ ਖਿਆਲ ਹੈ ਕਿ ਬਾਕੀ ਜਿੱਥੇ ਵੀ ਪੰਜਾਬੀ ਬੈਠੇ ਨੇ ਉਹਨਾਂ ਨੂੰ ਕਰਨੇ ਚਾਹੀਦੇ ਨੇ, ਅਤੇ ਇਹ ਇੱਕ ਬਹੁਤ ਹੀ ਸਫਲ ਤਜ਼ਰਬਾ ਹੈ। ਅਗਰ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਇੱਥੇ ਅਕਸਰ ਪੰਜਾਬ ਤੋਂ ਲੀਡਰ ਜਾਂ ਕਈ ਵਾਰ ਪ੍ਰਚਾਰਕ ਅਤੇ ਜਾਂ ਕਈ ਵਾਰ ਬਾਬੇ, ਉਹ ਅਕਸਰ ਆਉਂਦੇ ਰਹਿੰਦੇ ਨੇ ਅਤੇ ਇੱਧਰਲੇ ਮੁਲਕਾਂ ਦੇ ਵਿੱਚ ਆ ਕੇ ਪਬਲਿਕ ਦੇ ਨਾਲ ਮਿਲਦੇ ਵਰਤਦੇ ਨੇ। ਕਲਾਕਾਰਾਂ ਦੀ ਗੱਲ ਕਰੀਏ ਤਾਂ ਉਹ ਸ਼ੋਅ ਕਰਨ ਵਾਸਤੇ ਆਉਂਦੇ ਰਹਿੰਦੇ ਨੇ। ਅਗਰ ਅਸੀਂ ਪੰਜਾਬ ਤੋਂ ਲੀਡਰਾਂ ਦੀ ਗੱਲ ਕਰੀਏ ਤਾਂ ਅਕਸਰ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਰਟੀ ਦੇ ਲੀਡਰ ਇੱਥੇ ਸਾਨੂੰ ਮਿਲ ਜਾਂਦੇ ਨੇ, ਇੱਥੇ ਆਏ ਹੋਏ। ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਜੋ ਕਿ ਪੱਟੀ ਤੋਂ MLA ਹਰਮਿੰਦਰ ਸਿੰਘ ਗਿੱਲ, ਉਹ ਵੀ ਕੈਲੀਫੋਰਨੀਆ ਫੇਰੀ 'ਤੇ ਆਏ ਅਤੇ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ। ਮੈਂ ਪੰਜਾਬ ਦੇ ਹਾਲਾਤਾਂ ਬਾਰੇ ਉਹਨਾਂ ਨੂੰ ਪੁੱਛਿਆ, ਇੱਕ ਤਾਂ ਤੁਹਾਨੂੰ ਉਹ ਦਿਖਾਉਣੇ ਆ ਅਤੇ ਨਾਲ ਦੀ ਨਾਲ ਉਹਨਾਂ ਦੇ ਸਨਮਾਨ ਦੇ ਵਿੱਚ ਬਿਰਲਾ ਇਨਵੈਸਟਮੈਂਟ ਐਂਡ ਜਿਹੜੀ ਹੈਗੀ ਬਿਰਲਾ ਇਨਵੈਸਟਮੈਂਟ ਐਂਡ ਫਾਈਨੈਂਸ ਦੇ ਵੱਲੋਂ ਇੱਕ ਸਨਮਾਨ ਸਮਾਰੋਹ ਕੀਤਾ ਗਿਆ, ਜਿਹਦੇ ਵਿੱਚ ਸੁੱਖ ਸੰਧੂ ਉਹਨਾਂ ਨੇ ਮੇਨ ਤੌਰ 'ਤੇ ਉਹਨਾਂ ਦੇ ਸਵਾਗਤ ਵਿੱਚ ਭੂਮਿਕਾ ਨਿਭਾਈ। ਆਓ ਤੁਹਾਨੂੰ ਲੈ ਚੱਲਦੇ ਹਾਂ ਲੈਥਰੋਪ ਸ਼ਹਿਰ ਦੇ ਵਿੱਚ, ਜਿੱਥੇ ਕਾਂਗਰਸ ਦੇ MLA ਹਰਮਿੰਦਰ ਸਿੰਘ ਗਿੱਲ ਆਏ ਹੋਏ ਸੀ। ਜਸ ਪੰਜਾਬੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਹਾਜ਼ਰ ਹਾਂ ਜੀ, ਅੱਜ ਅਸੀਂ ਇੱਥੇ ਪਹੁੰਚੇ ਸੀ ਲੈਥਰੋਪ ਦੇ ਵਿੱਚ, ਔਰ ਸਾਨੂੰ ਪਤਾ ਲੱਗਿਆ ਵੀ ਇੱਥੇ ਪੰਜਾਬ ਤੋਂ ਸਾਡੇ ਇੱਕ
ਬਹੁਤ ਅਹਿਮ ਲੀਡਰ, ਪੰਜਾਬ ਸਰਕਾਰ ਦਾ ਅਹਿਮ ਹਿੱਸਾ ਇੱਥੇ ਆਏ ਹੋਏ ਨੇ। ਹਰਮਿੰਦਰ ਸਿੰਘ ਗਿੱਲ ਸਾਹਿਬ ਪੱਟੀ ਤੋਂ MLA ਨੇ ਔਰ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਨੇ। ਸੋ ਅਸੀਂ ਸੋਚਿਆ ਵੀ ਜ਼ਰੂਰ ਉਹਨਾਂ ਨਾਲ 2 ਮਿੰਟ ਗੱਲਬਾਤ ਕਰਕੇ ਜਾਣਦੇ ਹਾਂ ਉਹਨਾਂ ਕੋਲ ਪੰਜਾਬ ਦੇ ਹਾਲਾਤਾਂ ਬਾਰੇ, ਅਤੇ ਨਾਲ ਦੀ ਨਾਲ ਗੱਲਬਾਤ ਕਰਦੇ ਹਾਂ ਇੱਥੋਂ ਦੇ ਸਾਡੇ ਜਿਹੜੇ NRI ਹੈਗੇ ਆ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਜੀ ਹਾਂ, ਇੱਧਰ ਚੱਲਦੇ ਉਹਨਾਂ ਵੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਹਰਮਿੰਦਰ ਸਿੰਘ ਗਿੱਲ ਜੀ, ਤੁਸੀਂ ਪੰਜਾਬ ਤੋਂ ਆਏ ਹੋ, ਪਹਿਲਾਂ ਪੰਜਾਬ ਦੇ ਹਾਲਾਤਾਂ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ, ਅੱਜ ਕੱਲ੍ਹ ਕੀ ਮਾਹੌਲ ਹੈ। ਵੈਸੇ ਜੇ ਅਗਰ ਅਸੀਂ ਗੱਲ ਕਰੀਏ ਨਸ਼ਿਆਂ ਦੀ, ਸਰਕਾਰ ਦੇ ਹਿਸਾਬ ਨਾਲ ਨਸ਼ੇ ਲਗਭਗ 90% ਤੱਕ ਖਤਮ ਹੋ ਚੁੱਕੇ ਹੈ, ਲੇਕਿਨ ਵਿਰੋਧੀਆਂ ਦੇ ਹਿਸਾਬ ਦੇ ਨਾਲ ਲਾਈਏ ਤਾਂ ਉਹ ਡਬਲ ਹੋ ਚੁੱਕੀ ਹੈ। ਤੁਹਾਡੇ ਹਿਸਾਬ ਨਾਲ ਕੀ ਪੁਜੀਸ਼ਨ ਹੈ ਪੰਜਾਬ? ਨਹੀਂ, ਐਕਚੁਅਲੀ ਗੱਲ ਅਸਲ 'ਚ ਇਹ ਸੀ ਕਿ ਸਾਡੇ ਤੋਂ ਜਿਹੜੀ ਪਹਿਲੀ ਸਰਕਾਰ ਸੀ ਅਕਾਲੀ ਦਲ ਦੀ, ਉਹ ਤਾਂ ਮੰਨਦੀ ਨਹੀਂ ਸੀ ਕਿ ਪੰਜਾਬ 'ਚ ਨਸ਼ੇ ਆ। ਜੀ, ਇਸ ਚੈਲੇਂਜ ਨੂੰ ਸਵੀਕਾਰ ਕੀਤਾ, ਅਸੀਂ ਕਿਹਾ ਕਿ ਪੰਜਾਬ ਵਿੱਚ ਨਸ਼ੇ, ਔਰ ਨਸ਼ੇ ਜਿਹੜੀ ਬੜੀ ਵੱਡੀ ਬਿਮਾਰੀ ਹੈ, ਔਰ ਜਿਵੇਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਉਸੇ ਤਰ੍ਹਾਂ ਨਸ਼ਾ ਵੀ ਇੱਕ ਬਿਮਾਰੀ ਹੈ, ਇਹਨੂੰ ਹੱਲ ਕਰਨ ਵਾਸਤੇ ਕੋਈ ਨਾ ਕੋਈ ਕਰਨਾ ਚਾਹੀਦਾ। ਕੈਪਟਨ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੈਂ 4 ਹਫ਼ਤਿਆਂ ਵਿੱਚ ਇਹਦਾ ਲੱਕ ਤੋੜੂੰਗਾ। ਉਹਦਾ ਇਹ ਮਤਲਬ ਹੈ ਕਿ ਅੱਜ 2.5 ਸਾਲ ਹੋ ਗਏ ਨੇ ਸਾਡਾ ਕੋਈ ਵੀ MLA, ਸਾਡਾ ਕੋਈ ਵੀ ਮੰਤਰੀ, ਸਾਡਾ ਕੋਈ ਵੀ ਜਿਹੜਾ ਅਹੁਦੇਦਾਰ ਪਾਰਟੀ ਦਾ ਨਸ਼ਾ ਵੇਚਣ ਵਾਲਿਆਂ ਦੀ ਜਾਂ ਕਿਸੇ ਦੀ ਮਦਦ ਨਹੀਂ ਕਰਦਾ, ਬਲਕਿ ਅਸੀਂ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਪੁਲਿਸ ਨੂੰ, ਔਰ STF ਵੀ CM ਸਾਹਿਬ ਨੇ ਬਣਾਈ ਹੈ ਵੀ ਕੋਈ ਬੰਦਾ ਇਸ ਗੱਲ 'ਚ ਇਨਵੋਲਵ ਹੈ, ਭਾਵੇਂ ਕੋਈ ਕਾਂਗਰਸ ਪਾਰਟੀ ਦਾ, ਭਾਵੇਂ ਕੋਈ ਅਕਾਲੀ ਦਲ ਦਾ, ਜਾਂ ਕੋਈ ਇੰਡੀਪੈਂਡੈਂਟ ਹੈ, ਉਹਨੂੰ ਫੜ ਕੇ ਬੇਸ਼ੱਕ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ। ਔਰ ਬੇਸ਼ੱਕ ਇਹ ਬਿਮਾਰੀ ਜਿਹੜੀ ਹੈ ਅਮਰੀਕਾ ਕਨੇਡਾ ਵਿੱਚ ਵੀ ਆਪਾਂ ਵੇਖ ਸਕਦੇ ਹਾਂ, ਬਹੁਤ ਵੱਡੇ ਪੱਧਰ 'ਤੇ ਨਸ਼ਾ ਹੈ, ਬਟ ਪੰਜਾਬ ਦੇ ਵਿੱਚ ਅਸੀਂ ਕਾਫੀ ਹੱਦ ਤੱਕ ਕੰਟਰੋਲ ਕਰਨ 'ਚ ਕਾਮਯਾਬ ਹੋਏ ਜੀ। ਔਰ ਖਾਸ ਤੌਰ 'ਤੇ ਅਸਲ 'ਚ ਨਸ਼ਾ ਕਹਿੰਦੇ ਕੀ ਨੂੰ, ਨਸ਼ਾ ਜਿਹੜਾ ਹੈਗਾ ਸੀ, ਸਿੰਥੈਟਿਕ ਨਸ਼ੇ ਦੀ ਗੱਲ ਕਰੀਏ ਤਾਂ ਉਹਦਾ ਤਾਂ ਬਹੁਤ ਹੱਦ ਤੱਕ, ਕਾਫੀ ਹੱਦ ਤੱਕ ਫਰਕ ਪਿਆ ਲੱਗਦਾ ਵੀ ਹੈ ਜੀ। ਅਤੇ ਦੂਜੀ ਗੱਲ ਇਹ ਅਗਰ ਕਰੀਏ ਪੰਜਾਬ ਦੇ ਹਾਲਾਤਾਂ ਦੀ, ਅੱਜ ਕੀ ਲੱਗਦਾ ਪੰਜਾਬ ਦੀ ਤਰੱਕੀ ਦੀ ਗੱਲ ਕਰੀਏ ਜਾਂ ਪੰਜਾਬ ਦੇ ਰੁਜ਼ਗਾਰ ਦੀ ਗੱਲ ਕਰੀਏ, ਉਹ ਕਿੱਥੋਂ ਤੱਕ ਕਾਮਯਾਬ ਹੋਈ ਹੈ ਕਾਂਗਰਸ? ਅਸਲ 'ਚ ਮੈਂ ਸਮਝਦਾ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਹੀ ਨਹੀਂ, ਉਹ ਅੱਜ ਇਹਨੂੰ ਮੁੱਦਾ ਬਣਾ ਕੇ ਅਤੇ ਸਾਡੇ ਖਿਲਾਫ਼ ਘੂੜ ਪ੍ਰਚਾਰ ਕਰਦੇ ਆ ਜੀ। ਜਦੋਂ ਕਿ ਉਹਨਾਂ ਲੋਕਾਂ ਦੇ ਖਿਲਾਫ਼, ਉਹਨਾਂ ਦੇ ਵੱਡੇ ਵੱਡੇ ਸੀਨੀਅਰ ਲੀਡਰਾਂ ਦੇ ਖਿਲਾਫ਼ ਲੋਕਾਂ ਨੇ ਬਹੁਤ ਰੌਲਾ ਪਾਇਆ, ਬੜੀਆਂ ਵੱਡੀਆਂ ਗੱਲਾਂ ਚੱਲੀਆਂ, ਪਰ ਕਾਂਗਰਸ ਪਾਰਟੀ ਨੇ ਤਾਂ ਇਹਨੂੰ ਚੈਲੇਂਜ ਕਬੂਲ ਕੀਤਾ ਹੈ, ਔਰ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਬੱਚੇ ਬੜੇ ਨਿਰਾਸ਼ ਹੋ ਕੇ, ਡਿਪਰੈਸ ਹੋ ਕੇ ਇੱਧਰ ਲੱਗੇ ਸੀ, ਉਹਨਾਂ ਨੂੰ ਉਸ ਡਿਪਰੈਸ਼ਨ 'ਚੋਂ ਕੱਢ ਕੇ ਅਸੀਂ ਬਾਹਰ ਲੈ ਕੇ ਆ ਰਹੇ ਹਾਂ, ਔਰ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ। ਔਰ ਮੈਂ ਇੱਕ ਤੁਹਾਨੂੰ ਯਕੀਨ ਨਾ ਕਹਿ ਸਕਦੇ, ਕੈਪਟਨ ਅਮਰਿੰਦਰ ਸਿੰਘ ਬੜੇ ਡਿਟਰਮਾਈਂਡ ਲੀਡਰ ਨੇ, ਜਿਹੜਾ ਉਹ ਫੈਸਲਾ ਕਰ ਲੈਣ ਉਹ ਫੈਸਲੇ 'ਤੇ ਪੂਰੇ ਉਤਰਦੇ ਨੇ, ਔਰ ਪੰਜਾਬ ਉਹਨਾਂ 'ਤੇ ਵਿਸ਼ਵਾਸ ਕਰਦਾ, ਔਰ ਪੰਜਾਬ ਨੇ ਬਹੁਤ ਵੱਡੇ ਪੱਧਰ 'ਤੇ 80 ਸੀਟਾਂ 78 ਤਾਂ ਪਹਿਲਾਂ ਦਿੱਤੀਆਂ, 2 ਆਮ ਆਦਮੀ ਪਾਰਟੀ ਦੇ MLA ਆ ਗਏ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ, ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਕਰਦੀ ਹੈ, ਇਸ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ। ਮਤਲਬ ਤੁਹਾਡੇ ਹਿਸਾਬ ਨਾਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਰੀਕੇ ਦਾ ਫਰਕ ਪਿਆ ਕਾਂਗਰਸ ਸਰਕਾਰ ਆਉਣ ਤੋਂ ਬਾਅਦ? ਦੇਖੋ ਗੱਲ ਅਸਲ 'ਚ ਇਹ ਹੈ ਕਿ ਜੱਗੀ ਜੀ, ਮੈਂ ਇਹ ਗੱਲ ਕਹਿੰਦਾ ਕਿ 2 ਮੁੱਦੇ ਸਾਡੇ ਜੀ, ਇੱਕ ਤਾਂ ਨਸ਼ਿਆਂ ਵਾਲਾ, ਇੱਕ ਬੇਅਦਬੀਆਂ ਵਾਲਾ ਜੀ। ਪਿਛਲੀ ਸਰਕਾਰ ਨੇ ਨਾ ਤਾਂ ਨਸ਼ੇ ਨੂੰ ਸਵੀਕਾਰ ਕੀਤਾ, ਔਰ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਰੋਜ਼ ਬੇਅਦਬੀਆਂ ਹੁੰਦੀਆਂ ਸੀ, ਨਾ ਹੀ ਉਹਨੂੰ ਸੀਰੀਅਸਲੀ ਲਿਆ, ਔਰ ਸਗੋਂ ਮਸਲਾ ਇੰਨਾ ਕੁ ਵਿਗਾੜਤਾ ਪੰਜਾਬ ਦੇ ਵਿੱਚ ਕਿ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜਦੇ ਸੀ। ਅੱਜ ਵੀ ਪੰਜਾਬ 'ਚ ਪਾਪੂਲਰ ਗੌਰਮੈਂਟ ਹੈ, ਕਾਂਗਰਸ ਦੀ ਹੈਡਡ ਗੌਰਮੈਂਟ ਹੈ, ਔਰ ਕਾਂਗਰਸ ਸਾਡੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ, ਅੱਜ ਤਾਂ ਕਿਸੇ ਪਾਸੇ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਹੁੰਦੀ, ਬਲਕਿ ਅਸੀਂ ਤਾਂ ਉਹਨਾਂ ਦੋਸ਼ੀਆਂ ਨੂੰ ਨੰਗਿਆਂ ਕਰਨਾ ਚਾਹੁੰਦੇ ਹਾਂ, ਕਰ ਰਹੇ ਹਾਂ ਜੀ, ਜਿਨ੍ਹਾਂ ਨੇ ਬੇਅਦਬੀ ਕਰਵਾਈ ਹੈ ਜੀ। ਅੱਛਾ, NRI ਦੇ ਬਹੁਤ ਸਾਰੇ ਮਸਲੇ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਲਟਕੇ ਹੁੰਦੇ ਨੇ, NRI ਵਾਸਤੇ ਕਾਂਗਰਸ ਸਰਕਾਰ ਦੇ ਕੀ ਕੀ ਏਜੰਡੇ ਨੇ, ਕੀ ਕਰ ਰਹੀ? ਦੇਖੋ ਗੱਲ ਸਰ ਜੱਗੀ ਸਾਹਿਬ ਕੀ ਆ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ NRI ਭਰਾਵਾਂ ਨੂੰ ਇਹ ਲੱਗਿਆ ਕਿ ਸਾਨੂੰ ਕੋਈ ਨਵੀਂ ਪਾਰਟੀ 'ਤੇ ਇਤਬਾਰ ਕਰਨਾ ਚਾਹੀਦਾ, ਨਵੀਂ ਪਾਰਟੀ ਨੂੰ ਅਡੋਪਟ ਕਰਨਾ ਚਾਹੀਦਾ। ਉਹਨਾਂ ਨੇ ਬਹੁਤ ਵੱਡੇ ਪੱਧਰ 'ਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ, ਔਰ ਉਹਨਾਂ ਨੇ ਮੰਨ ਸੀ ਕਿ ਅਸੀਂ ਅਕਾਲੀ ਦਲ ਨੂੰ ਪਾਸੇ ਕਰਕੇ ਜਾਂ ਕਾਂਗਰਸ ਨੂੰ ਪਾਸੇ ਕਰਕੇ ਤੀਸਰਾ ਬਦਲ ਪੰਜਾਬ 'ਚ ਉਸਾਰਨਾ, ਉਹਨਾਂ ਨੇ ਪੂਰਾ ਜ਼ੋਰ ਲਾਇਆ, ਬਟ ਲੋਕਾਂ ਨੇ ਵਿਸ਼ਵਾਸ ਜਿਹੜਾ ਸੀ ਪਹਿਲਾਂ ਨਾਲੋਂ ਵੀ ਵੱਧ ਕਾਂਗਰਸ ਪਾਰਟੀ 'ਤੇ ਕੀਤਾ ਜੀ। ਔਰ ਇਹਦਾ ਇਹ ਮਤਲਬ ਨਹੀਂ ਕਿ ਅਸੀਂ NRI ਦੇ ਖਿਲਾਫ਼ ਹੈ, ਅਸੀਂ ਬਾਹਰ ਰਹਿੰਦੇ ਲੋਕ ਹਾਂ, ਇਹ ਸਾਡੇ ਅੰਗ ਨੇ, ਸਾਡੀ ਖੂਬਸੂਰਤੀ ਹੈ, ਸਾਡੇ ਜਿਹੜੇ ਲੋਕ ਇੱਥੇ ਆਣ ਕੇ ਵਸੇ ਨੇ। ਮੈਂ ਸਮਝਦਾ ਕਿ ਕਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਜਿਹੜੇ ਪੰਜਾਬੀ ਨੇ, ਉਹਨਾਂ ਨੇ ਪੰਜਾਬ ਦੀ ਹੋਂਦ ਨੂੰ ਇੱਥੇ ਬਰਕਰਾਰ ਰੱਖਿਆ, ਔਰ ਅਸੀਂ ਅੱਜ ਉਹਨਾਂ ਨੂੰ ਕਹਿੰਦੇ ਹਾਂ ਕਿ ਕੋਈ ਪੰਜਾਬ ਦੇ ਵਿੱਚ ਉਹਨਾਂ ਨੂੰ ਸਮੱਸਿਆ ਜਿਹੜੀ ਕੋਈ ਹੋਵੇ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਅਸੀਂ ਉਹਨਾਂ ਦੀਆਂ ਪ੍ਰੋਪਰਟੀਆਂ ਦੇ ਕਸਟੋਡੀਅਨ ਹੈ, ਅਸੀਂ ਉਹਨਾਂ ਦੀ ਜ਼ਮੀਨ ਜਾਇਦਾਦ ਦੇ ਕਸਟੋਡੀਅਨ ਹਾਂ, ਅਸੀਂ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੁੰਦੀ ਉਹਨਾਂ ਦੀ ਮਸਲਾ ਹੱਲ ਕਰਨ ਵਾਸਤੇ ਬੈਠੇ ਹਾਂ, ਔਰ 2.5 ਸਾਲਾਂ ਦੇ ਵਿੱਚ ਕੋਈ ਐਸੀ ਉਦਾਹਰਨ ਤੁਸੀਂ ਨਹੀਂ ਦੱਸ ਸਕਦੇ।
ਅੱਜ ਵੀ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਨੂੰ ਕੋਈ ਜੇ ਕੋਈ ਸਮੱਸਿਆ ਦੱਸੋ ਅਸੀਂ ਹਾਜ਼ਰ ਜੀ। ਬਿਲਕੁਲ। ਅੱਛਾ, ਇੱਕ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਵੈਸੇ ਸਰਕਾਰ ਦੇ ਹਿਸਾਬ ਨਾਲ 160 ਦੇ ਵਿੱਚੋਂ ਸ਼ਾਇਦ 140 ਕਿ 39 ਵਾਅਦੇ ਪੂਰੇ ਹੋ ਚੁੱਕੇ ਨੇ, ਫਿਰ ਵੀ ਤੁਹਾਨੂੰ ਕੀ ਲੱਗਦਾ ਕਿ ਹਜੇ ਪੰਜਾਬ ਦੇ ਵਿੱਚ ਆਹ ਚੀਜ਼ਾਂ ਜਿਹੜੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਤੁਹਾਡੀ ਸਰਕਾਰ ਹੁੰਦੇ ਹੁੰਦੇ ਜਾਂ ਆਉਣ ਵਾਲੀ ਅਗਲੀ ਟਰਮ ਦੇ ਵਿੱਚ ਜਿਹੜੀਆਂ ਚੀਜ਼ਾਂ ਬੈਲੈਂਸ ਨੇ ਰਹਿੰਦੀਆਂ ਨੇ? ਦੇਖੋ, ਬਹੁਤ ਕੁਝ ਕਰਨ ਵਾਲਾ ਬਾਕੀ ਹੈ। ਦੇਖੋ, ਲੋਕਾਂ ਦੀਆਂ ਆਸਾਂ ਉਮੀਦਾਂ ਬਹੁਤ ਵੱਡੀਆਂ ਹੁੰਦੀਆਂ ਨੇ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਪੂਰੇ ਉਤਰੀਏ। ਸਭ ਤੋਂ ਵੱਡਾ ਸਾਡਾ ਚੈਲੇਂਜ ਸੀ ਕਿ ਪੰਜਾਬ ਇੱਕ ਐਗਰੇਰੀਅਨ ਸਟੇਟ ਹੈ, ਖੇਤੀਬਾੜੀ ਪ੍ਰਧਾਨ ਸੂਬਾ ਹੈ, ਪੰਜਾਬ ਦੇ ਬਹੁਤ 80% ਲੋਕ ਖੇਤੀਬਾੜੀ ਕਰਦੇ ਆ। ਇਹਨਾਂ ਲੋਕਾਂ ਦੀ ਆਮਦਨ ਜਿਹੜੀ ਰੁਕ ਗਈ ਸੀ, ਆਮਦਨ ਉਸ ਤੋਂ ਵੱਧ ਨਹੀਂ ਸੀ ਹੋ ਰਹੀ, ਲੋਕਾਂ ਦੇ ਸਿਰ 'ਤੇ ਬਹੁਤ ਵੱਡਾ ਕਰਜ਼ਾ ਸੀ, ਲੋਕ ਖੁਦਕੁਸ਼ੀਆਂ ਕਰਦੇ ਸੀ। ਅਸੀਂ ਲੋਕਾਂ ਨੂੰ ਸਰਕਾਰ ਦੇ ਪਹਿਲਾਂ ਬਣਨ ਤੋਂ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੇ ਕਰਜ਼ੇ ਮਾਫ਼ ਕਰਾਂਗੇ। ਦੇਖੋ, ਪਹਿਲੀ ਵਾਰੀ ਹੋਈ ਆ ਕਿ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਸਰਕਾਰਾਂ ਨੇ ਵੀ ਲੋਕਾਂ ਦੇ ਕਰਜ਼ੇ ਮਾਫ਼ ਕੀਤੇ ਨੇ, ਪਰ ਕਿਤੇ 50,000 ਹੋਇਆ, ਕਿਤੇ 1,00,000 ਰੁਪਈਆ, ਕਿਤੇ 1,50,000 ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੈਂ 2,00,000 ਰੁਪਈਏ ਦਾ ਵਾਅਦਾ ਕੀਤਾ ਹੈ ਵੀ ਹਰ ਜਿਹੜੀ 5 ਏਕੜ ਤੋਂ ਘੱਟ ਮਾਲਕੀ ਵਾਲਾ ਜਿਹੜਾ ਕਿਸਾਨ ਹੈ ਉਹਦਾ 2,00,000 ਰੁਪਈਏ ਦਾ ਕਰਜ਼ਾ ਮਾਫ਼ ਕਰਨਾ। ਦੇਖੋ, ਮਾਫ਼ ਕਰਨਾ, ਅਸੀਂ ਇੱਥੇ ਬਹੁਤ ਸਾਰੇ ਲੋਕ ਉਹ ਕਹਿੰਦੇ ਜਿਨ੍ਹਾਂ ਨੇ 10 ਸਾਲ ਦੇ ਵਿੱਚ ਕਿਸੇ ਦੀ ਫੁੱਟੀ ਕੌਡੀ ਨਹੀਂ ਮਾਫ਼ ਕੀਤੀ, ਅੱਜ ਅਕਾਲੀ ਦਲ ਵਾਲੇ ਵੀ ਕਹਿੰਦੇ ਨੇ ਵੀ ਕਾਂਗਰਸ ਨੇ ਸਾਰਾ ਕਰਜ਼ਾ ਨਹੀਂ ਮਾਫ਼ ਕੀਤਾ। ਬਟ ਜਿਸ ਹਲਕੇ ਨੂੰ ਮੈਂ ਬਿਲੋਂਗ ਕਰਦਾ, ਪੱਟੀ ਹਲਕੇ ਨੂੰ ਬਿਲੋਂਗ ਕਰਦਾ, ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦਾ ਕਿ ਸਾਡੇ ਇਕੱਲੇ ਪਿੰਡ ਵਿੱਚ 100-100, 150-150 ਬੰਦੇ ਦਾ ਕਰਜ਼ਾ ਮਾਫ਼ ਹੋਇਆ, ਕੋਆਪਰੇਟਿਵ ਸੁਸਾਇਟੀਆਂ ਦਾ, ਕੋਆਪਰੇਟਿਵ ਬੈਂਕਾਂ ਦਾ। ਸਾਡੇ ਇਕੱਲੇ ਹਲਕੇ ਵਿੱਚ ਹੁਣ ਤੱਕ 35-36 ਕਰੋੜ ਰੁਪਈਆ ਮਾਫ਼ ਹੋ ਚੁੱਕਿਆ। ਔਰ ਉਹ ਲੋਕ ਵਿਚਾਰੇ ਜਿਹੜੇ, ਵੇਖੋ, ਜਿਹਦੇ ਵਾਸਤੇ 50,000 ਰੁਪਈਆ ਇੱਕ ਬਹੁਤ ਵੱਡੀ ਗੱਲ ਹੈ, ਜਿਹਦੇ ਵਾਸਤੇ 1,00,000 ਰੁਪਈਆ ਬਹੁਤ ਵੱਡੀ ਗੱਲ ਹੈ, ਉਹਨਾਂ ਦੇ ਜਦੋਂ ਕਰਜ਼ਾ ਮਾਫ਼ ਹੋਏ ਨੇ, ਉਹਨਾਂ ਨੇ ਲੋਕਾਂ ਨੇ ਖੁਸ਼ ਹੋ ਕੇ ਕਾਂਗਰਸ ਪਾਰਟੀ ਨੂੰ ਸਵੀਕਾਰ ਕੀਤਾ। ਕੰਮ ਹੋਣ ਵਾਲੇ ਕਿਹੜੇ ਗਿੱਲ ਸਾਹਿਬ, ਜਿਹੜੇ ਆਪਾਂ ਕਰਨੇ ਹਜੇ ਜ਼ਰੂਰੀ ਨੇ ਤੁਹਾਡੇ ਵਾਸਤੇ ਜਾਂ ਸਰਕਾਰ ਵਾਸਤੇ? ਦੇਖੋ, ਅਸਲ ਦੇ ਵਿੱਚ ਕੀ ਆ ਜੱਗੀ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਜਿਹੜਾ ਨਾ ਜੀ, ਬਿਫੋਰ ਪਾਰਟੀਸ਼ਨ ਅਸੀਂ ਬਹੁਤ ਵੱਡਾ ਪੰਜਾਬ ਸੀ ਜੀ। ਜਦੋਂ ਦੇਸ਼ ਆਜ਼ਾਦ ਹੋ ਗਿਆ, ਹਿਮਾਚਲ ਹਰਿਆਣਾ ਸਾਡੇ ਵਿੱਚ ਸੀਗਾ, 1966 ਦੇ ਵਿੱਚ ਅਸੀਂ ਪੰਜਾਬੀ ਸੂਬਾ ਬਣਾਇਆ। ਪਹਿਲੀ ਵਾਰੀ ਆ ਕਿ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕਿਸੇ ਨੇ ਸੂਬਾ ਛੋਟਾ ਬਣਾਉਣ ਵਾਸਤੇ ਮੋਰਚਾ ਲਾਇਆ ਹੋਵੇ। ਅਸੀਂ ਛੋਟਾ ਸੂਬਾ ਬਣਾ ਲਿਆ, ਹਰਿਆਣਾ ਸਾਡੇ ਵਿੱਚੋਂ ਨਿਕਲ ਗਿਆ, ਉਹ ਦਿੱਲੀ ਦੇ ਬਿਲਕੁਲ ਲਾਗੇ ਪੈਂਦਾ, ਉਹਦਾ ਜਿਹੜਾ ਬਜਟ ਹੈ ਸਰਪਲਸ ਬਜਟ ਹੈ, ਸਾਡੇ ਵਿੱਚੋਂ ਹਿਮਾਚਲ ਨਿਕਲ ਗਿਆ। ਔਰ ਉਸ ਹਿਮਾਚਲ ਪ੍ਰਦੇਸ਼ ਦੇ ਵਿੱਚ 100% ਲਿਟਰੇਸੀ ਹੈ, ਔਰ ਉੱਥੇ ਉਹਨਾਂ ਨੂੰ ਬਿਜਲੀ ਜਿਹੜੀ ਪਾਣੀ ਤੋਂ ਮਿਲਦੀ ਹੈ। ਸਾਡੇ ਪੰਜਾਬ ਦੇ ਆਲੇ ਦੁਆਲੇ ਜਿਹੜੇ ਸੂਬੇ ਨੇ, ਤੁਸੀਂ ਦੇਖੋ, ਖਾਸ ਕਰਕੇ ਹਿਮਾਚਲ ਅਤੇ ਉੱਤਰ ਆਪਣਾ J&K ਹੈ, ਉਹ ਸਪੈਸ਼ਲ ਇਕਨੋਮਿਕ ਜ਼ੋਨ ਬਣਾਇਆ। ਉੱਥੇ ਜਿਹੜੀ ਵੀ ਕੋਈ ਫੈਕਟਰੀ ਲੱਗਦੀ ਹੈ, 15 ਸਾਲ ਦਾ ਟੈਕਸ ਮਾਫ਼ ਹੈ। ਸਾਡੇ ਆਲੇ ਦੁਆਲੇ ਇੱਕ ਪਾਸੇ ਪਾਕਿਸਤਾਨ ਲੱਗਦਾ, ਇੱਕ ਪਾਸੇ ਰਾਜਸਥਾਨ ਲੱਗਦਾ, ਇੱਕ ਪਾਸੇ ਹਿਮਾਚਲ ਪ੍ਰਦੇਸ਼ ਲੱਗਦਾ, ਸਾਡੇ ਤਾਂ ਕੋਈ ਤਰੱਕੀ ਦਾ ਰਾਹ ਹੀ ਨਹੀਂਗਾ। ਸਾਡਾ ਡੈਫੀਸਿਟ ਬਜਟ ਹੈ, ਘੱਟੋ ਘੱਟ 10,000 ਕਰੋੜ ਰੁਪਏ ਦਾ ਘਾਟੇ ਵਾਲਾ ਬਜਟ ਹੈ। ਅਸੀਂ ਫਿਰ ਵੀ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰਦੇ ਹਾਂ, ਆਉਣ ਵਾਲੇ ਸਮੇਂ 'ਚ ਹੋਰ ਅਸੀਂ ਕਰਾਂਗੇ ਜੀ। ਬਿਲਕੁਲ, ਚਲੋ ਬਹੁਤ ਵਧੀਆ। ਔਰ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਪੰਜਾਬੀ ਜਿਹੜੇ ਤੁਹਾਨੂੰ ਦੇਖ ਰਹੇ ਨੇ, ਤੁਹਾਡੀ ਗੱਲ ਸੁਣ ਰਹੇ ਨੇ, ਖਾਸ ਤੌਰ 'ਤੇ ਅਸੀਂ NRI ਦੀ ਜੇ ਗੱਲ ਕਰੀਏ ਤਾਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬ ਬਾਰੇ? ਮੈਂ ਤਾਂ ਇਹਨਾਂ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਲੋਕ ਪੰਜਾਬ ਤੋਂ ਇੱਥੇ ਵਿਦੇਸ਼ਾਂ ਵਿੱਚ ਆਉਂਦੇ ਨੇ, ਕੋਈ ਗੁਰਦੁਆਰੇ ਦੇ ਨਾਂ 'ਤੇ ਪੈਸਾ ਇਕੱਠਾ ਕਰਨ ਆਉਂਦੇ ਨੇ, ਕੋਈ ਕਿਸੇ ਬਹਾਨੇ, ਕੋਈ ਕਿਸੇ ਬਹਾਨੇ ਆਉਂਦੇ ਆ। ਲੋਕਾਂ ਨੇ ਬੜਾ ਪੈਸਾ ਲੋਕਾਂ 'ਤੇ ਇਨਵੈਸਟ ਕੀਤਾ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਘੱਟੋ ਘੱਟ, ਅਸੀਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਕਰਾਉਣਾ ਚਾਹੁੰਦੇ ਹੋ ਜੀ, ਜੇ ਤੁਸੀਂ 10,00,000 ਰੁਪਈਆ ਲਾਓਗੇ ਤਾਂ ਅਸੀਂ ਮੈਚਿੰਗ ਗ੍ਰਾਂਟ 10,00,000 ਦੀ ਪਾਵਾਂਗੇ, ਜੇ 20,00,000 ਲਾਓਗੇ 20,00,000 ਪਾਵਾਂਗੇ। ਅਸੀਂ ਪਿੰਡਾਂ ਦੇ ਵਿੱਚ, ਜਿਹੜੀ ਪਿੰਡਾਂ ਦੀ ਬਹੁਤ ਵੱਡੀ ਸਮੱਸਿਆ ਸੀ ਗੰਦੇ ਪਾਣੀ ਦੇ, ਨਿਕਾਸ ਦੀ, ਛੱਪੜਾਂ ਦੀ, ਨਾਲੀਆਂ ਦੀ, ਗਲੀਆਂ ਦੀ, ਅਸੀਂ ਉਹਦੇ ਵਾਸਤੇ ਸੀਵਰੇਜ ਪਿੰਡਾਂ 'ਚ ਪਾ ਰਹੇ ਹਾਂ। ਔਰ ਉਹ ਸੀਵਰੇਜ ਐਡਾ ਕਾਮਯਾਬ ਸੀਵਰੇਜ ਪਾ ਰਹੇ ਹਾਂ ਕਿ ਘੱਟੋ ਘੱਟ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੇਗੀ, ਗੰਦਗੀ ਤੋਂ ਰਾਹਤ ਮਿਲੇਗੀ, ਔਰ ਛੱਪੜ ਜਿਹੜੇ ਸਾਡੇ ਓਵਰਫਲੋਣੇ ਬੰਦ ਹੋਣਗੇ। ਮੈਂ ਇਹਨਾਂ ਨੂੰ ਇਹ ਗੱਲ ਕਹਿੰਦਾ ਕਿ ਤੁਸੀਂ ਬੇਸ਼ੱਕ ਕੋਈ ਆਪਣਾ ਬੰਦਾ ਅਪੁਆਇੰਟ ਕਰ ਦਿਓ, ਕਿਸੇ ਤਰੀਕੇ ਨਾਲ ਅਸੀਂ ਬੜੇ ਟਰਾਂਸਪੇਰੈਂਟ ਤਰੀਕੇ ਦੇ ਨਾਲ ਤੁਹਾਡੇ ਪੈਸੇ ਦਾ ਹਿਸਾਬ ਰੱਖਾਂਗੇ। ਇੱਕ ਵੀ ਪੈਸਾ ਤੁਹਾਡਾ ਖੁਰਦ ਬੁਰਦ ਨਹੀਂ ਆਉਂਦਿਆਂ ਕਿ ਤੁਸੀਂ ਆਓ ਪੰਜਾਬ ਵਿੱਚ, ਤੁਹਾਡਾ ਆਪਣਾ ਪੰਜਾਬ ਹੈ। ਤੁਸੀਂ ਜਿੰਨੇ ਮਰਜ਼ੀ ਕਿਸੇ ਸਕੂਲ ਦੀ ਸੇਵਾ ਕਰਨਾ ਚਾਹੁੰਦੇ ਹੋ, ਕਿਸੇ ਹਸਪੀਟਲ ਦੀ ਸੇਵਾ ਕਰਨਾ ਚਾਹੁੰਦੇ ਹੋ, ਕੋਈ ਗਲੀ ਨਾਲੀ ਬਣਾਉਣਾ ਚਾਹੁੰਦੇ ਹੋ, ਕੋਈ ਪਿੰਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਜਿੰਨਾ ਵੀ ਤੁਸੀਂ ਇਨਵੈਸਟ ਕਰੋਗੇ ਅਸੀਂ 1-1 ਰੁਪਈਏ ਦਾ ਹਿਸਾਬ ਦੇਵਾਂਗੇ, ਔਰ ਤੁਹਾਡਾ ਪੈਸਾ ਲਾ ਕੇ ਬਰਾਬਰ 'ਤੇ ਅਸੀਂ ਆਪਣੇ ਪੈਸੇ ਲਾਵਾਂਗੇ ਜੀ। ਬਹੁਤ ਵਧੀਆ ਗੱਲ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ ਗੱਲਬਾਤ ਕਰਨ ਵਾਸਤੇ। ਲੰਬਾ ਸਮਾਂ ਚਾਹੀਦਾ ਵੈਸੇ ਪੰਜਾਬ ਦੇ ਮਸਲੇ, ਪੰਜਾਬ ਦੀਆਂ ਗੱਲਾਂ ਕਰਨ ਵਾਸਤੇ, ਪਰ ਅੱਜ ਲਈ ਇੰਨਾ ਹੀ ਕਾਫੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਇਹ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਪੰਜਾਬ 'ਚ ਹੋਈ ਹੈ, ਉਹਦਾ ਘੱਟੋ ਘੱਟ ਹਿਸਾਬ ਜ਼ਰੂਰ ਲੈਣਾ। ਮੈਂ ਇਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਪੰਜਾਬ ਸਰਕਾਰ ਦੇ ਵੱਲੋਂ ਕਿ ਅਸੀਂ ਜਸਟਿਸ ਰਣਜੀਤ ਸਿੰਘ
ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ, ਗੁਰੂ ਵੀ ਦੇਵੇਗਾ ਔਰ ਲੋਕਾਂ ਦੀ ਅਦਾਲਤ ਵੀ ਦੇਵੇਗੀ ਜੀ। ਮੈਂ ਸਾਡੇ ਜਿਹੜੇ ਪੰਜਾਬੀ ਦੇਖ ਰਹੇ ਨੇ ਉਹਨਾਂ ਵੱਲੋਂ ਵੀ ਇਹੀ ਉਮੀਦ ਕਰਦਾ ਵੀ ਦੋ ਚੀਜ਼ਾਂ ਮੇਨ ਪੰਜਾਬ ਦੇ ਵਿੱਚ, ਇੱਕ ਬੇਅਦਬੀ ਅਤੇ ਇੱਕ ਨਸ਼ੇ, ਦੋਹਾਂ ਦੇ ਜਿਹੜੇ ਵੀ ਦੋਸ਼ੀ ਨੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨੇ ਚਾਹੇ ਕਿਸੇ ਦੇ ਕਿਸੇ ਵੀ ਸ਼ਹਿਰ ਦੇ ਨੇ, ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਬਹੁਤ 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 ਥੈਂਕ ਯੂ। ਦੋਸਤੋ, ਅਗਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੇ ਬਹੁਤ ਮੱਲਾਂ ਮਾਰੀਆਂ ਨੇ। ਅਸੀਂ ਅਕਸਰ ਇਹ ਦੇਖਦੇ ਜਾਂ ਦਿਖਾਉਂਦੇ ਰਹਿੰਦੇ ਹਾਂ ਕਿ ਇਹ ਕੰਮ ਜਿਹੜਾ ਪੰਜਾਬੀ ਨੇ ਬਾਹਰਲੇ ਮੁਲਕਾਂ ਦੇ ਵਿੱਚ ਪਹਿਲੀ ਵਾਰ ਕੀਤਾ, ਇਹ ਕੰਮ ਜਿਹੜਾ ਕੋਈ ਲੀਡਰ ਬਣਿਆ ਪੰਜਾਬੀ ਪਹਿਲੀ ਵਾਰ ਬਣਿਆ, ਕੋਈ ਮੇਅਰ ਬਣਿਆ ਪਹਿਲੀ ਵਾਰ ਬਣਿਆ, ਹੁਣ ਮੈਂ ਜਿਹਨਾਂ ਦੀ ਗੱਲ ਕਰਨ ਜਾ ਰਿਹਾ ਉਹ ਵੀ ਪਹਿਲੇ ਪੰਜਾਬੀ ਹੋਰ ਨਿਬੜੇ ਨੇ। ਕਿਹਾ ਇਹ ਜਾਂਦਾ ਕਿ ਮੈਂਡੋਸੀਨੋ ਕਾਉਂਟੀ ਜਿਹੜੀ ਹੈਗੀ ਆ ਇੱਥੇ ਕੈਲੀਫੋਰਨੀਆ ਦੇ ਵਿੱਚ, ਉਹਦੇ ਪਹਿਲੇ ਡਿਪਟੀ ਚੀਫ ਸ਼ੈਰਿਫ ਜਿਹੜੇ ਇਹ ਬਣੇ ਨੇ ਬਰਿੰਦਰ ਸਿੰਘ, 26 ਸਾਲਾਂ ਇਹਨਾਂ ਦੀ ਉਮਰ ਹੈ। ਔਰ ਨਾਲ ਦੀ ਨਾਲ ਗੱਲ ਕਰੀਏ ਤਾਂ ਇਹਨਾਂ ਦੀ ਸਿਸਟਰ ਕਿਰਨ ਜਿਹੜੀ ਹੈਗੀ, ਉਹਨਾਂ ਨੇ ਸਾਨੂੰ ਕੁਝ ਫੋਟੋਆਂ ਭੇਜੀਆਂ ਸੀ ਦਿਖਾਉਣ ਵਾਸਤੇ, ਤਾਂ ਕਿ ਅਸੀਂ ਪੰਜਾਬੀਆਂ ਦੀ ਗੱਲ ਜਿਹੜੀ ਹੈ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਕੋਲ ਪਹੁੰਚਾ ਸਕੀਏ। ਸੈਂਟਾ ਰੋਜ਼ਾ ਦੇ ਵਿੱਚ ਇੱਥੇ ਰਹਿੰਦੇ ਨੇ, ਕੈਲੀਫੋਰਨੀਆ ਦੇ ਵਿੱਚ। ਅਗਰ ਗੱਲ ਕਰੀਏ ਪੰਜਾਬ ਦੀ, ਚੀਮਾ ਖੁਰਦ ਦੇ ਰਹਿਣ ਵਾਲੇ ਨੇ ਔਰ ਇਹਨਾਂ ਨੂੰ ਇਹ ਜਿਹੜਾ ਇਹਨਾਂ ਨੂੰ ਮਾਣ ਪ੍ਰਾਪਤ ਹੋਇਆ, ਅਸੀਂ ਉਹਦੇ ਵਾਸਤੇ ਇਹਨਾਂ ਨੂੰ ਵਧਾਈ ਦਿੰਦੇ ਹਾਂ ਔਰ ਉਮੀਦ ਕਰਦੇ ਹਾਂ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਚੰਗੇ ਚੰਗੇ ਕੰਮ ਇਹ ਬਰਿੰਦਰ ਸਿੰਘ ਤੇ ਨਾਲ ਇਹਨਾਂ ਦੇ ਹੋਰ ਜਿਹੜੇ ਸਾਥੀ ਨੇ ਜਾਂ ਸਾਡੇ ਪੰਜਾਬੀ ਨੇ ਉਹ ਕਰਦੇ ਰਹਿਣ। We're really really excited. We haven't had I don't remember, I could be mistaken. We've already seen that once. Anybody worked for us from the East India community. And the East India community in our county is very important. And I'm looking forward to seeing you get into our department and represent us very well. To the family, you may wonder why he's coming to work for us, but I found out the reason. Because at the restaurant, he's working 80 hours a week, and he's coming to work for us, so he only has to work 40. But we're really, in your background, I was really impressed with your work ethic, with how you did in the police academy, and what your dreams are. And when we talked about it, there was no question of what you want to do. ਜੀ ਦੋਸਤੋ, ਇਹ ਸੀ ਅੱਜ ਦੀ ਕੈਲੀਫੋਰਨੀਆ ਡਾਇਰੀ, ਜਾਣੀ ਕਿ ਵੈਸਟ ਕੋਸਟ ਦੇ ਵਿੱਚ ਕੋਈ ਵੀ ਐਕਟੀਵਿਟੀ ਹੁੰਦੀ ਹੈ ਤਾਂ ਮੈਂ ਉਹ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਦਾ। ਤੁਹਾਡੇ ਕੋਲ ਵੀ ਅਗਰ ਕੋਈ ਸਟੋਰੀ ਹੈ, ਕੋਈ ਈਵੈਂਟ ਹੈ, ਚਾਹੇ ਉਹ ਧਾਰਮਿਕ ਹੈ, ਚਾਹੇ ਸੋਸ਼ਲ ਹੈ, ਚਾਹੇ ਖੇਡਾਂ ਨੇ, ਚਾਹੇ ਕੋਈ ਹੋਰ ਪ੍ਰੋਗਰਾਮ ਹੈ, ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰ ਸਕਦੇ ਹੋ। ਕਰਨਾ ਕੀ ਹੈ, ਮੈਨੂੰ ਕਾਲ ਕਰੋ 209-450-3362 'ਤੇ, ਮੈਂ ਕੋਸ਼ਿਸ਼ ਕਰਾਂਗਾ ਉੱਥੇ ਪਹੁੰਚ ਕੇ ਪੂਰਾ ਫੰਕਸ਼ਨ ਤੁਹਾਡਾ ਕਵਰ ਕਰਕੇ ਅਸੀਂ ਦਿਖਾਈਏ। ਜੇ ਮੈਂ ਨਹੀਂ ਜਾ ਸਕਦਾ ਹੋਇਆ ਫਿਰ ਤੁਸੀਂ ਮੈਨੂੰ ਉਸ ਪ੍ਰੋਗਰਾਮ ਦੀ ਰਿਕਾਰਡਿੰਗ ਕਰਕੇ ਬੇਸ਼ੱਕ ਟੈਲੀਫੋਨ ਦੇ ਉੱਪਰ ਹੀ ਕਰਕੇ ਭੇਜ ਦਿਓ, ਤਾਂ ਉਹ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਆਗਿਆ ਦਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।